ए आकाशवाणी जम्मू है बड़ला खबरोंندہ स्वागत पहले खास खास खबरें करने में श्रुति खजूरिया समूचा राष्ट्र आज डॉ बी आर अंबेडकर और इनकी जयंती पर श्रद्धांजलि अर्पित है बसाखी के महाव ਮਹਾਵਿਜਯੰਤੀ ਤੇ ਤਿਉਹਾਰ ਅੱਜ ਸਮੁਲਚੇ ਮੁਲਖ ਹੈ ਚਾਤਾਰਮਿਕ ਸ਼ਰਧਾ ਤੇ ਉਤਸ਼ਾਹ ਕਨੇ ਮਨਾਏ ਜਾ ਰਹੇ ਦਿਨ। ਸੁਰੱਖਿਆ ਬਲੇ ਡੋਡੇ ਜ਼ਿਲ੍ਹੇ ਚ ਇੱਕ ਵਿਸਫੋਟਕ ਦਾ ਬੇਲੇ ਸਰਪਤਾਲਾ ਯੇ ਇੱਕ ਵੱਡੀ ਘਟਨਾ ਕੀ ਉਹਨੇ ਠਮਾਟਾ ਲੀ ਦਿੱਤਾ ਤੇ ਜੰਮੂ ਕਸ਼ਮੀਰ ਪ੍ਰਦੂਸ਼ਣ ਨਿਯੰਤਰਣ ਕਮੇਟੀ ਨੇ ਬਕਬਖਸ਼ਿਖਸ਼ਾ ਇਦਾਰੇ ਦੇ ਵਿਦਿਆਰਥੀ ਦੀ ਮਦਦ ਕਰਨੇ ਤਵੀ ਨਦੀ ਦੀ ਸਾਮ ਸੰਭਾਲ ਸਰਬੰਧੀ ਸੇਵ ਤਵੀ ਅਭਿਆਨ ਦਾ ਆਯੋਜਨ ਕੀਤਾ। ਖਬਰ ਦੀ ਤਫਸੀਲ ਕਰਨੇ ਵਿਜੇ ਵਜਾਜ। ਸਮੁਲਚਾ ਰਾਸ਼ਟਰ ਅੱਜ ਡਾਕਟਰ ਬੀ ਆਰ ਅੰਬੇਡਕਰ ਰੋਣ ਕੀ ਹੁੰਦੀ ਜਨਤੀ ਦੇ ਮੌਕੇ ਪਰ ਸ਼ਰਧਾਂਜਲੀ ਪੇਂਟ ਕਰਾ ਕਰਦਾ ਹੈ ਡਾਕਟਰ ਅੰਬੇਡਕਰ ਉਹ ਰੰਗੀ ਸਮਾਜ ਦੀ ਬਰੋਬਰੀ ਦੇ ਇੱਕ ਪ੍ਰਤੀਕ ਦੇ ਤੌਰ 'ਤੇ ਪ੍ਰਦਿੱਖਿਆ ਜਾਂਦਾ ਹੈ। ਬੀ ਆਰ ਅੰਬੇਡਕਰ ਨੇ ਸਾਡੇ ਦੇਸ਼ ਦੇ ਸੰਵਿਧਾਨ ਕੀ ਤਿਆਰ ਕਰਨ 'ਚ ਅਹਿਮ ਭੂਮਿਕਾ ਨਿਭਾਈ। ਡਾਕਟਰ ਅੰਬੇਡਕਰ ਇੱਕ ਸਿੱਖਿਆ ਵਿਦਵਾਨ ਵੀ ਹੈ। ਉਹਨੇ ਸਮਾਜਿਕ ਤੇ ਸਿਆਸੀ ਸੁਧਾਰ ਲਈ ਬਿਕੰਮ ਕੀਤਾ। ਜਮ ਕਸ਼ਮੀਰ 'ਚ ਵੀ ਇਸ ਮਹਾਨ ਨੇਤਾ ਦੀ ਸ਼ਰਧਾਂਜਲੀ ਦੇ ਨਾਸਤੇ ਨੇਕਾਂ ਕਾਰਜਕ੍ਰਮ ਆਯੋਜਿਤ ਕੀਤੇ ਜਾ ਰਹੇ ਹਨ। ਲੈਫਟਨੈਂਟ ਗਵਰਨਰ ਮਨੋਤ ਸਿਨਾਉ ਨੇ ਡਾਕਟਰ ਬੀ ਆਰ ਅੰਬੇਡਕਰੂ ਦੀ ਜਨਮ ਦਿਵਸ ਦੇ ਮੌਕੇ 'ਤੇ ਲੋਕਾਂ ਕੀ ਮੁਬਾਰਕਬਾਦ ਦਿੱਤੀ ਹੈ। ਆਪਣੇ ਸੰਦੇਸ਼ ਚ ਲੈਫਟਨੈਂਟ ਗਵਰਨਰੋ ਨੇ ਆਖਿਆ ਜੇ ਭਾਰਤੀ ਸੰਵਿਧਾਨ ਦੇ ਮੁੱਖ ਰਚయిత ਬਾਬਾ ਸਾਹਿਬੋ ਨੇ ਸਦਾ ਗਏ ਇੱਕ ਐਸੇ ਸਮਾਜ ਦੇ નિર્ਮਾਣ ਲਈ ਕੰਮ ਕੀਤਾ ਜਿਹੜਾ ਨਿਆਂ ਪਾਈਚਾਰੇ ਤੇ ਬਰੋਬਰੀ ਪਰ ਅਧਾਰਿਤ ਹੋਇਆ। ਸ਼੍ਰੀ ਸਿਨੌਰ ਯਾਂ ਆਖਿਆ ਜੇ ਬਾਬਾ ਸਾਹਿਬੰਦੀ ਜਨਮ ਦਿਵਸ ਦੇ ਮੌਕੇ ਪਰ ਅਸੀਂ ਕੀ ਉਹਦੇ ਆਦਰਸ਼ ਤੇ ਨੇਕ ਵਿਚਾਰਾਂ ਗੀ ਅਪਣਾਣਾ ਲੋੜ ਚਦਾ। ਉਹਨੇ ਇਹ ਵੀ ਆਖਿਆ ਜੇ ਬਾਬਾ ਸਾਹਿਬੰਦੇ ਆਦਰਸ਼ ਸਾਡੇ ਸਮਾਜ ਦੀ ਸਾਂਝੀ ਪਾਵਨਾ ਗੀ ਸਦਾ ਗੇ ਬੜਾਵਾ ਦਿੰਦੇ ਰੋਂਗਨ। ਵਸਾਖੀ ਦਾ ਤਿਉਹਾਰ ਅੱਜ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮੁਲਕ ਪਰ ਅੱਜ ਮਨਾਇਆ ਜਾਂਦਾ ਹੈ ਇਤਿਹਾਸਕ ਫਸਲਣ ਦੀ ਬਾਢੀ ਦੀ ਸ਼ੁਰੂਆਤ ਦੇ ਤੌਰ ਉੱਪਰ ਵੀ ਮਨਾਇਆ ਜਾਂਦਾ ਹੈ ਇਹ ਦਿਨ ਸਿੱਖ ਸਮੁਦਾਇ ਅਸਤੇ ਵੀ ਖਾਸ ਮਤਵ ਰੱਖਦਾ ਹੈ ਕਿ ਜੇ 1699 ਵਿੱਚ ਅੱਜ ਦੇ ਦਿਨ ਖਾਲਸਾ ਪੰਥ ਦੀ ਸਥਾਪਨਾ ਸਿੱਖੇ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋ ਰਹੀ ਕੀਤੀ ਸੀ ਲੈਫਟਨੈਂਟ ਗਵਰਨਰ ਮਨੋਜ ਸਿਨੌਰ ਨੇ ਵਿਸਾਖੀ ਦੀਆਂ ਲੋਕਾਂ ਨੂੰ ਸ਼ੁਭ ਕਾਮਨਾ ਦਿੱਤੀਆਂ ਆਪਣੇ ਇਸਨੇਚ ਲੈਫਟਨੈਂਟ ਗਵਰਨਰ ਉਨ੍ਹਾਂ ਆਖਿਆ ਜੇ ਬਸਾਕੀ ਦਾ ਤਿਆਰ ਸਾਡੇ ਕਰਸਾਨੇ ਦੀ ਮਿਹਨਤ ਕੀ ਮਨਾਣ ਦਾ ਤਿਆਰ ਹੈ ਟਿਪਵਿਖ ਲਈ ਇੱਕ ਨਵੀਂ ਸ਼ੁਰੂਆਤ ਦੇ ਤੌਰ ਪਰ ਵੀ ਇਸੇ ਦਿਖਿਆ ਜਾਂਦਾ ਹੈ ਲੈਫਟਨੈਂਟ ਗਵਰਨਰ ਉਨ੍ਹਾਂ ਆਪਣੇ ਇਸਨੇਚ ਉਮੀਦਵਾਰ ਕੀਤੀ ਜੇ ਬਸਾਕੀ ਦਾ ਇਹ ਪਵਿੱਤਰ ਤਿਆਰ ਸਾਡੇ ਸਾਰਿਆਂ ਚ ਇੱਕ ਭਾਰਤ ਸ਼੍ਰੇਸ਼ਟ ਭਾਰਤ ਦੀ ਪਾਵਨਾਗੀ ਬਲ ਦੇਗ ਤੇ ਸਭਨੇ ਲਈ ਸੁਖ ਸ਼ਾਂਤੀ ਤੇ ਖੁਸ਼ਹਾਲੀ ਲਈ ਆਊਗਾ ਕਦੋਂ ਜ਼ਿਲ੍ਹੇ ਦੇ ਬਣੀ ਇਲਾਕੇ ਚ ਸਾਲਾਨਾ ਬਸਾਕੀ ਮੇਲਾ ਕੱਲ ਸ਼ੁਰੂ ਹੋਆ ਉਦਘਾਟਨੀ ਸਮਾਰੋਹ ਜੰਮੂ ਕਸ਼ਮੀਰ ਸਨ ਪੰਜਾਬ ਤੇ ਹਿਮਾਚਲ ਪ੍ਰਦੇਸ਼ ਧਮਾ ਵੀ ਖਰੀਮਤੀ ਗੈਂਤਰੀ ਚ ਲੋਕਾਂ ਨੇ ਸ਼ਿਰਕਤ ਕੀਤੀ ਸੜੇ ਕਠੂਆ ਸੰਵਾਦ ਦਾਤਾ ਪ੍ਰਦੀਪ ਸ਼ਰਮਾ ਦੀ ਰਿਪੋਰਟ ਮੁજબ ਐਸ ਡੀ ਐਮ ਜੋਗਿੰਦਰ ਸਿੰਘ ਜਸਰੋਟੀ ਆਰ ਇਸ ਕਾਰਜਕ੍ਰਮ ਦੇ ਮੁੱਖ ਪ੍ਰਾਣੇਗੇ ਤੇ ਉਹਨੇ ਗਏ ਇਸ ਮੇਲੇ ਦਾ ਉਦਘਾਟਨ ਵੀ ਕੀਤਾ ਪੇਸ਼ ਹੈ ਇੱਕ ਰਿਪੋਰਟ ਵਸਾਖੀ ਦੇ ਮੌਕੇ 'ਤੇ ਬਣੀ ਦੇ ਖੇਡ ਮੈਦਾਨ 'ਚ ਵਸਾਖੀ ਮੇਲੇ ਦੀ ਸ਼ੁਰੂਆਤ ਕੀਤਾ ਗਿਆ। ਦੋਹਰੋਜਾ ਇਸ ਮੇਲੇ ਦਾ ਉਦਘਾਟਨ ਐਸ.ਡੀ.ਐਮ ਬਣੀ ਜੁਗਿੰਦਰ ਸਿੰਘ ਜਿਸਰਟਿਆ ਤੇ ਡੀ.ਡੀ.ਸੀ ਮੈਂਬਰ ਇਤਾ ਠਾਕੁਰ ਨੇ ਕੀਤਾ। ਇਸ ਮੌਕੇ 'ਤੇ ਸੰਸਕ੍ਰਿਤ ਕਾਰਗਰਮ ਵੀ ਪੇਸ਼ ਕੀਤੇ ਗਏ ਜਿਦੇ 'ਚ ਮਕਾਮੀ ਕਲਾਕਾਰਾਂ ਦੇ ਇਲਾਵਾ ਕਲਚਰ ਅਕੈਡਮੀ ਦੇ ਕਲਾਕਾਰਾਂ ਵੀ ਮਤੇ ਸਾਰੇ ਗੀਤ, ਸੰਗੀਤ ਤੇ ਦੂਵੇ ਕਾਰਗਰਮ ਪੇਸ਼ ਕੀਤੇ ਗਏ। ਇਸ ਮੌਕੇ 'ਤੇ ਐਸ.ਡੀ.ਐਮ ਬਣੀ ਜੁਗਿੰਦਰ ਸਿੰਘ ਅਿਸਰਟਿਆ ਰ ਆਗਿਆ ਕਿ ਇਹ ਮੇਲੇ ਲਵਾਨੇ ਕਰੀ ਮਕਾਮੀ ਕਲਾਕਾਰਾਂ 'ਗੇ ਵੀ ਪੁਰਸਤਾਨ ਮਿਲਦਾ ਹੈ। ਆਕਾਸ਼ ਪਾਣੀ ਸਮਾਚਾਰ ਹਸਤਾ ਕਥੋਤਵਾ ਮੈਂ ਪ੍ਰਦੀਪ ਕੁਮਾਰ ਸ਼ਰਮਾ ਲੈਫਟਨੈਂਟ ਗਵਰਨਰ ਮਨੋਤ 시ਨੌਰੀ ਲੋਕਾਂ ਕੀ ਮਹਾਵੀਰ ਜਨਤੀ ਦੀਆਂ ਮੁਬਾਰਕਾਂ ਦਿੱਤੀਆਂ ਨੇ ਆਪਣੇ ਸੰਬੰਧ ਵਿੱਚ ਲੈਫਟਨੈਂਟ ਗਵਰਨਰ ਹੁਣ ਆਖਿਆ ਜੇ ਭਗਵਾਨ ਮਹਾਵੀਰ ਹੁੰਦਾ ਜੀਵਨ ਤੇ ਸਿੱਖਿਆ ਅਸੰਗੀ ਇਸ ਸਖਾਂਦੀਆਂ ਜੇ ਜੀਵਨ ਕੀ ਦਿਆਪਾਵਨਾ ਸੱਚਾਈ ਨੇਕੀ ਤੇ ਅਹਿੰਸਾ ਦੇ ਆਦਰਸ਼ੇ ਪਰ ਟੁਰਦੀ ਹੋਈ ਗੁਜ਼ਾਰਨਾ ਲੋੜ ਚਦਾ ਸ਼੍ਰੀ 시ਨੌਰੀ ਆਖਿਆ ਜੇ ਭਗਵਾਨ ਮਹਾਵੀਰ ਦੀ ਸੋਚ ਤੇ ਸਮਝ ਸਮੁਲਚੀ ਮਨੁੱਖ ਜਾਤੀ ਲਈ ਮੇਦ ਦੀ ਇੱਕ ਕਿਰਨ ਹੈ ਉਨੇ ਆਖਿਆ ਜੇ ਇਸ ਰੋਜ਼ ਅਸੀਂ ਸਭ ਨੇ ਕੀ ਇਹ ਪ੍ਰਣ ਪਾਣਾ ਲੋੜ ਚਦਾ ਜੇ ਅਸੀਂ ਭਗਵਾਨ ਮਹਾਵੀਰ ਉੰਦੀਆਂ ਸਿੱਖਿਆਆਂ ਕੀ ਆਪਣੇ ਜੀਵਨ ਚ ਟਿਕੋਤੀ ਥਾਰ ਜਿੱਤ ਦੇ ਚ ਤੇ ਉਨਤੇ ਆਦਰਸ਼ੇ ਮੁਜਬਗੇ ਆਪਣਾ ਜੀਨ ਜਿੱਚਾ ਪਰ ਦੀ ਆਜ਼ਾਦੀ ਦਾ 75ਵਾਂ ਬਰ੍ਹਾ ਸ਼ੁਰੂ ਉਨੇ ਦੇ ਸਿਲਸਿਲੇ ਚ ਆਕਾਸ਼ਵਾਣੀ ਜੰਮੂ ਦਾ ਖੇਤਰੀਏ ਸਮਾਚਾਰਿਕਾਂਜ ਜੰਮੂ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਸਟੂਡੈਂਟਸ ਵੈਲਫੇਅਰ ਦੇ ਸਜੂ ਕਨੇ ਪੇਸ਼ ਕਰਾ ਕਰਦਾ ਹੈ ਵਿਸ਼ੇਸ਼ ਪ੍ਰਸ਼ਨੋਤਰੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਕੁਇਜ਼ इदे अर एक है। इंडिया एट 75 ਇਹਦੇ ਤਹਿਤ ਹਰ ਸੋਮਵਾਰ ਨੂੰ ਬੱਦਲੇ ਨਉਬੀ ਵਾਲੇ ਡੋਗਰੀ ਬੁਲਟਨ 'ਚ ਇੱਕ ਸਵਾਲ ਪੁੱਛਿਆ ਜਾਂਦਾ ਹੈ ਜਿਹਦਾ ਜਵਾਬ শ্রোਤਾ ਸਾਡੇ ਈਮੇਲ ਐਡਰੈਸ india75quiz@gmail.com ਉੱਪਰ ਭੇਜੀ ਸਕਦੇ ਹਨ ਸਹੀ ਜਵਾਬ ਦੇ ਚ ਨਿਆਲੇ শ্রোਤਾਾਂ ਚ ਤਰਾਉਂਦੀ ਪਰਚੀ ਰਾਂਹ ਤਾਲ ਕਰੀਏ ਉਹਨੇ ਕੀ ਚੇਤੂਕੋਸ਼ਿਤ ਕੀਤਾ ਜਾਂਦਾ ਤੇ ਉਹਦੇ ਨਾਂ ਦੀ ਕੋਸ਼ਨਾ ਅਗਲੇ ਰੋਜ਼ ਮੰਗਲਵਾਰ ਬੱਦਲੇ ਵਾਲੇ ਡੋਗਰੀ ਬੁਲਟਨ 'ਚ ਕੀਤੀ ਜਾਂਦੀ ਹੈ শ্রোਤਾਇਆਂ ਕੇ ਅਪੀਲ ਹੈ ਜੋ ਜਵਾਬ ਦੇ ਕੰਨੇ ਆਪਣਾ ਪੂਰਾ ਪਤਾ ਵੀ ਲਿਖੀ ਪੇਜਨ ਤਾਂ ਚੇ ਜੇਤੂਗੀ ਸਰਟੀਫਿਕੇਟ ਡਾਕ ਰਾਹੀਂ ਉਹਦੇ ਘਰ ਤੱਕ ਪਹੁੰਚਾਈ ਜਾ ਸਕਣ। ਸ਼੍ਰੋਤਾں ਅੱਗੇ ਇਹ ਵੀ ਅਪੀਲ ਹੈ ਜੇ ਸਰਟੀਫਿਕੇਟ ਥੋਨੇ ਪ੍ਰੰਤ ਉਹਦੇ ਕੰਨੇ ਆਪਣੀ ਇੱਕ ਸੈਲਫੀ ਖਿੱਚੀ ਹੈ ਅਸੰਗੀ ਇਸ ਸੇ ਈਮੇਲ ਆਈਡੀ ਤੇ ਰਾਹੀਂ ਪੇਜਨ ਤਾਂ ਚੇ ਉਸ ਉਸੇ ਆਪਣੇ ਸੋਸ਼ਲ ਮੀਡੀਆ ਉੱਪਰ ਅਪਲੋਡ ਕਰੀ ਸਕਚਾ ਹੈ। ਇਹ ਖਬਰਾਂ ਤੁਸ ਆਕਾਸ਼ਵਾਣੀ ਚੰਮੂਤ ਵਸੁਨਾਰਦੀਓ। ਹੁਣ ਬਾਕੀ ਦੀਆਂ ਖਬਰਾਂ ਕਰਨਾ ਸ਼੍ਰੋਤੀ ਖਜੂਰੀਆ। ਕਲ ਡੋਡਾਕਸਪੇ ਕੋਲ ਡੋਡਾਕਾਡ ਸ਼ਿਰਕ ਕਸ਼ ਇੱਕ ਚੋਲੇ ਦੇ ਬਿਸਫੋਟਕ ਦਾ ਪਤਾ ਲੱਗਾ ਜਿਸ ਸਮੇਂ ਸਿਰ ਨਕਾਰਾ ਬਣਾਈ ਦਿੱਤਾ ਗਿਆ ਤੇ ਇੱਕ ਵੱਡਾ ਅਚ ਉਹਨੇ ਥਮਾ ਬਚਾਈ ਲਿਆਤਾ ਗਿਆ ਇਸ ਚੋਲੇ ਕੀ ਮੁਕਾਮੀ ਲੋਕਾਂ ਦੇਖਿਆ ਤੇ ਨੇੜੇ ਦੇ CRPF ਚੌਕੀ ਪਰ ਜਾਈਏ ਇਹਦੇ ਬਾਰੇ ਜਾਣਕਾਰੀ ਦਿੱਤੀ ਮਹਿੰਦੀ ਇੱਕ ਟੀਮ ਗਈ ਮੌਕੇ 'ਆਲੀ ਥਰਪੇ ਜਾ ਗਿਆ ਤੇ ਰਾਤੀ ਲ ਉਸੇ ਨਕਾਰਾ ਬਣਾਈ ਦਿੱਤਾ ਗਿਆ ਜਿਸ ਲਈ ਤਾਗਰ ਬਿਸਫੋਟਕ ਕੀ ਨਕਾਰਾ ਨਹੀਂ ਬਣਾਇਆ ਗਿਆ ਉਸ ਲਈ ਤਾਗਰ ਰਸਤੇ ਪਰ ਗੱਡੀਆਂ ਦੀ ਆਉ ਜਾਏਗੀ ਵੀ ਬੰਦ ਰੱਖਿਆ ਗਿਆ ਦਾਹਾ इस बारे और जानकारी दें एस पी डोडो ने आख्या आज अब इन्फॉर्मेशन मिली थी हमारा ये सीआरपीएफ का नाका है घाट रोड पे इसके पास एक ब्लैक कलर का पॉलिथीन बैग पड़ा है और इसमें कुछ तार बाहर निकली हुई है इसी पे हमने एक्शन करते हुए हमारे एस ओ साहब और पुलिस की पार्टियां भेजी और हमने तुरंत ही हमारा जो बीडीएस कार्ड होता है पुलिस का और सीआरपीएफ और आर्मी का बुलाया और हमने डिटेक्ट किया कि इसमें कुछ एक्सप्लोसिव है सर्कट है आई हो सकता है तो उसी पे हमें सारे प्रिकॉशन लेते हुए इसको अभी डिस्पोज ऑफ कर हमारे सर्च ऑपरेशन पूरे टाउन में चल रहे हैं हम पूरी तरह अलर्ट हैं। सभी नाके और सभी पोस्टें जो हमने अलर्ट कर दी और हमारा इस पे काम चल रहा है डोडा दे जिला विकास आयुक्त विकास शर्मा कल मरमत के दूर दरेडे इलाकों का दा दौरा कि ब्लॉक दिवस कार्यक्रम की अध्यक्षता करते हुए जिला विकास आयुक्त तो ने लोक मसलों में उन्हें ग्राम स्वराज महीने तहत चला जागरूकता कार्यक्रम की भी सदारत की लोकें दिय समस्याएगी हल करने उन्हें मौके पर हिदत भी दीं मुतलक महकमें लोकें दिय समस्याएं मसलों का हल समयब ढंगे सर करने कुलगाम जिले इलाके आतंकवादियों कल एक व्यक्ति की गोली मारी हत्या करी आतंकवादियों पस्या गए हमले व्यक्ति गंभीर तौर पर जख्मी हो गया हा, तो उसे तुरंत नेड़े के अस्पताल लेता गया मगर डॉक्टर उसी माहिराना इलाज ला श्रीनगर के स्किम सौरा अस्पताल रेफर कर करी पर उन्ने जख्मों की पीड़ नहीं जरद दम तोड़ त्रोड़ दादी पंान ककरान कुलगाम के रोने आए सतीश सिंह के तौर पर कियी हमले के तुरंत मगर बल इलाके की घेराबंदी करिये तपाशी अभियान चलाया है पुंछ जिले दे बिलोनी चे कल दे के बलौनी इलाके च कल होए के एक शिक हादसे में फौज से एक जेसीयू की मृत्यु हो गई जल्ले कि दो और जवान जख्मी गए साड़े पुंछले संवाददाता अनुभव मिस्री ने पुलिस सुत्रे के हवाले ने जानकारी के जे जे के दी फौज की एक गड्डी जेच सब्बे सोर है सड़क पर रूलक हेठ डूं खाई जासयू की मौके पर मृत्यु हुई गई पंान डीएन पांडे के तौर पर हुई हादसा च जख्मी हो जवान की पंछान नाईक भारत जगदाले विजय पवर के तौर पर कि जख्मी होने के जवानों की अस्पताल भर्ती करवाई दाता गये जितें उन् इलाज चला हादसे का शिकार हो गडी फौज की एक सौ एक फील्ड रेजीमेंट की जम्मू कश्मीर प्रदूषण नियंत्रण कमेटी जम्मू ने तवी बचाओ अभियान चलाया जीजीएम सईंस कॉलेज सरकारी महिला कॉलेज परेड एम एम कॉलेज कमर्स कॉलेज जम्मू के करीबन ढेढ़ सौ विद्यार्थियों हिस्सा लिया एच जम्मू कश्मीर प्रदूषण नियंत्रण कमेटी के अमले जमू मुंसिपल कॉरपोरेष ग्रामीण शहरी विकास एजेंसी लोगों भी एद शमूलियत इस दौरान व्यापक जागरूकता कैम्प चलाया गया हर पौड़ी विक्रम चौक थार कूड़ा कचरा चुकने अभियान चलाया गया इस दौरान लोक तवी कूड़ा कचरा नहीं सुटने बारे जागरूक बनाया गया तवित्र तवी प्रदूषण थ बचाया जाये ਸੁੰਦਰਬਨੀ ਫੋਰੈਸਟ ਰੇਂਜ ਚ ਕੱਲ ਨਿਯੰਤਰਣ ਕਖਸ਼ ਥਾ ਜੰਗਲ ਚ ਅੱਗ ਲੱਗਣੇ ਬਾਰੇ ਇੱਕ ਮੌਕ ਟ੍ਰਿਲ ਕੀਤੀ ਗਈ ਇਸ ਦੌਰਾਨ ਮਾਹਿਰਾਂ ਆਪਣੇ ਵਿਚਾਰ ਤੇ ਅਨੁਭਵ ਸਾਂਝੇ ਕੀਤੇ ਜੇ ਚਿੱਕੀਆਂ ਅੱਗ ਪਰ ਕਾਬੂ ਪਾਇਆ ਜਾ ਸਕਦਾ ਤੇ ਕਿੰਿਆਂ ਇਹਦੇ ਥਮਾ ਬਚਿਆ ਜਾ ਸਕਦਾ ਇਸ ਦੌਰਾਨ ਜਾਣਕਾਰੀ ਦਿੱਤੀ ਗਈ ਜੇ ਜੰਗਲਾਤ ਮਹਿਕਮਾ ਸਾਰੇ ਸੰਭਵ ਯਤਨ ਤੇ ਕੋਸ਼ਿਸ਼ਾਂ ਕਰ ਰਿਹਾ ਹੈ ਜੰਗਲ ਚ ਅੱਗ ਨਹੀਂ ਲੱਗੇ ਇਸ ਲਈ ਜਤਨੇ ਦੀ ਓਰ ਤੇਜ਼ ਕਰਨੇ ਦੀ ਲੋੜ ਹੈ ਤਾਂ ਜੇ ਸਮੇਂ ਸਿਰ ਅੱਗ ਦੀ ਕਿਸੇ ਵੀ ਚਾਲੀ ਦੀ ਘਟਨਾ ਪਰ ਕਾਬੂ ਪਾਇਆ ਜਾ ਸਕੇ ਆਖਿਰ ਚ ਖਾਸ ਖਾਸ ਖਬਰਾਂ ਇੱਕ ਪਰਿਪਰਤੀ ਹੈ ਸਮੂਲਚਾ ਰਾਸ਼ਟਰ ਅੱਜ ਡਾਕਟਰ ਬੀ ਆਰ ਅੰਬੇਡਕਰ ਉਹ ਰਿੰਗੀ ਹੁੰਦੀ ਜਨਤੀ ਪਰ ਸ਼ਰਧਾਂਜਲੀ ਦਿਆ ਕਰਦਾ ਹੈ ਬਸਾਕੀ ਤੇ ਮਾਵੀਰ ਜਨਤੀ ਦੇ ਤਿਆਰ ਅੱਜ ਸਮੂਲਚੇ ਮੁਲਖਾ ਚ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ ਸੁਰੱਖਿਆ ਬਲੇ ਡੋਡਾ ਜ਼ਿਲ੍ਹੇ ਚ ਇੱਕ ਵਿਸਫੋਟਕ ਦਾ ਬੇਲਾ ਸਿਰ ਪਤਾ ਲਾਈ ਹੈ ਇੱਕ ਵੱਡੀ ਵਾਰਦਾਤ ਕਿਉਂ ਨਹੀਂ ਥਮਾ ਟਾਲੀ ਦਿੱਤਾ ਤੇ ਜੰਮ ਕਸ਼ਮੀਰ ਪ੍ਰਦੂਸ਼ਣ ਨਿਯੰਤਰਣ ਕਮੇਟੀ ਨੇ ਵੱਖ-ਵੱਖ ਸਿੱਖਿਆ ਇਦਾਰਿਆਂ ਦੇ ਵਿਦਿਆਰਥੀਆਂ ਦੀ ਮਦਦ ਕਰਨ ਹੈ ਤਵੀ ਨਦੀ ਦੀ ਸਾਮ ਸੰਭਾਲ ਸਰਬੰਧੀ ਸੀਵ ਤਵੀ ਅਭਿਆਨ ਦਾ ਆਯੋਜਨ ਕੀਤਾ ਇਤੇ ਕਨੇਗੇ ਖਬਰਿੰਦਾ ਇਹ ਬੁਲੇਟਿਨ ਸਮਾਪਤ ਹੋਗਾ